ਅੱਜ ਅਸੀਂ ਹੁਸ਼ਿਆਰਪੁਰ ਦੇ ਪਿੰਡ ਹਰਿਆਣਾ ਵਿਖੇ ਆਏ ਹੋਏ ਹਾਂ ਜਿੱਥੇ ਸ਼੍ਰੀ ਪਸ਼ਪਿੰਦਰ ਹੋਰੀ ਜੀ ਨੇ ਆਪਣੇ ਜਿਹੜੇ ਟਮਾਟਰ ਦਾ ਬੇਲਾਂ ਵਾਲੇ ਟਮਾਟਰਾਂ ਨੂੰ ਬਹੁਤ ਬੇਖੂਬੀ ਚਾੜਿਆ ਹੋਇਆ ਹੈ ਇੱਥੇ ਮੈਂ ਦੱਸਣ ਜਿਉਂਗਾ ਜੀ ਹਾਂ ਇਹ ਕੋਈ ਲੋ ਟਨਲ ਜਾਂ ਸ਼ੇਡ ਨੈਟ ਨਹੀਂ ਪਾਇਆ ਇਹ ਸਿੰਪਲ ਆਪਾਂ ਬੀਜੇ ਆ ਫਿਰ ਇਹਨਾਂ ਨੂੰ ਬੇਲਾਂ ਨੂੰ ਚਾੜ ਦਿੱਤਾ ਇਨਾਂ ਦੇ ਦੱਸਣ ਮੁਤਾਬਕ ਇਹਦੀ ਜਿਹੜੀ yield ਆ ਇੱਕ ਏਕੜ 'ਚੋਂ ਲਗਭਗ ਕੋਈ 500 ਕੁਆਂਟਲ ਦੇ ਆਉਣ ਦੀ ਆਸ ਆ ਪਹਿਲਾਂ ਵੀ ਇਹ ਇਹਦੇ ਬਾਰੇ ਖੇਤੀ ਕਰਦੇ ਆ ਹੁਣ ਇਹਦੇ ਬਾਰੇ ਮਾੜਾ ਮੈਂ ਇਹਨਾਂ ਦੀ ਆ ਦੇਖੋ ਇਹ ਬੜੀ ਸੋਹਣੀ crop ਹੁਣ ਜਾਣ ਲੱਪਈ ਆ ਜਿਹੜੀ 8 ਤੋਂ 10 ਰੁਪਏ ਕਿਲੋ ਵਿਕ ਰਹੀ ਆ ਹੁਣ ਮੈਂ ਹੋਰ ਹੀ ਜੀ ਤੋਂ ਇਹ ਪੁੱਛਾਂਗਾ ਕਿ ਇਹ variety ਕਿਸ ਕੰਪਨੀ ਦੀ variety ਆ ਤੇ ਕਦੋਂ ਇਹ ਲਗਾਈ ਆ ਸਤਿ ਸ੍ਰੀ ਅਕਾਲ ਜੀ ਏ ਜੀ ਵੈਰੈਟੀ ਹੈਗੀ ਆ ਨਾਮ ਤਾਂ ਰੀਸੀਡ ਦੀ 4268 ਵੈਰੈਟੀ ਆ ਇਹ ਤਕਰੀਬਨ ਮਿਡ ਫਰਬਰੀ ਦੇ ਵਿੱਚ ਮੈਂ ਆਪਣੀ ਨਰਸਰੀ ਪਾ ਕੇ ਮਿਡ ਫਰਬਰੀ ਦੇ ਵਿੱਚ ਇਹ ਟ੍ਰਾਂਸਪਲੈਂਟ ਕਰਤੀ ਸੀ ਅ ਲੀਕਾ ਤੋਂ ਬੋਲ ਲਿਓ ਇਹਨੂੰ ਬਾਂਸਾਂ ਦੇ ਨਾਲ ਤੇ ਤਾਰ ਦੇ ਨਾਲ ਆਸਰਾ ਦੇ ਕੇ ਮੈਂ ਬੰਨਿਆ ਬਹੁਤ ਵਧੀਆ ਵੈਰਾਈਟੀ ਆ ਬੜੀ ਅੱਛੀ ਕ੍ਰੋਪ ਆ ਆ ਤੁਸੀਂ ਦੇਖ ਸਕਦੇ ਆ ਇਹ ਮੇਰੀ ਤਕਰੀਬਨ 75 ਦਿਨ ਬਾਅਦ ਇਹ ਪੱਕਣ ਲੱਪਈ ਆ ਤਾਂ ਮੰਡੀਕਰਨ ਬਹੁਤ ਵਧੀਆ ਹੈ ਫਿਲਹਾਲ ਅੱਗੇ ਦੇਖੋ ਇੱਥੇ ਦੱਸਣਯੋਗ ਹੈ ਕਿ ਔਰੀ ਸਾਹਿਬ ਖੁਦ ਮੰਡੀਕਰਨ ਕਰਦੇ ਆ ਤੇ ਜਿਹੜਾ ਵਿਚੋਲੀਏ ਦਾ ਮੁਨਾਫਾ ਵੀ ਇਹ ਆਪ ਆਪਣੇ ਕੋਲੇ ਰੱਖਦੇ ਆ ਤੇ ਇਹਦੇ ਤੋਂ ਹੁਣ ਜਦੋਂ ਬਾਅਦ ਚ ਇਹਨੂੰ ਤੁਹਾਨੂੰ ਲਾਉਣ ਦੀ ਕੋਈ ਜਿਹਦਾ ਦਵਾਈਆਂ ਵਰਤਦੇ ਆ ਜਾਂ ਇਹਦੀ ਪਲਾਂਟ ਪ੍ਰੋਟੈਕਸ਼ਨ ਬਾਰੇ ਜੋ ਤੰਗੀ ਆਉਂਦੀ ਆ ਫਿਰ ਤੁਸੀਂ ਤੁਹਾਡਾ ਐਕਸਪੀਰੀਅੰਸ ਇਹਦਾ ਹੈਗਾ ਕਿ ਤੁਸੀਂ ਬਾਗਬਾਨੀ ਵਿਭਾਗ ਜਾਂ ਯੂਨੀਵਰਸਿਟੀ ਨਾਲ ਸੰਪਰਕ ਕਰਦੇ ਆ ਦੇਖੋ ਜੀ ਕੁਝ ਮੇਰਾ ਐਕਸਪੀਰੀਅੰਸ ਵੀ ਹੈਗਾ ਪਰ ਕਈ ਵਾਰ ਪ੍ਰੋਬਲਮ ਇਦਾਂ ਦੀ ਆ ਜਾਂਦੀਆਂ ਬਿਨਾ ਬਾਗਬਾਨੀ ਵਿਭਾਗੇ ਤੋਂ ਜਾਂ ਖੇਤੀਬਾੜੀ ਵਿਭਾਗੇ ਤੋਂ ਅਸੀਂ ਸਲਾਹ ਲਏ ਬਗੈਰ ਅਸੀਂ ਸਪਰੇਅ ਕਰਨਾ ਬੜੀ ਮੁਸ਼ਕਿਲ ਆਉਂਦੀ ਆ ਇਸ ਕਰਕੇ ਸਮੇ ਸਮੇਂ ਸਰ ਉਹ ਸਾਨੂੰ ਗਾਈਡ ਕਰਦੇ ਰਹਿੰਦੇ ਆ ਅਸੀਂ ਉਹਨਾਂ ਨੂੰ ਫਾਰਮ ਆਪਣੇ ਤੇ ਆਪਣੇ ਲੋਕਲ ਅਫਸਰ ਜਿਹੜੇ ਹੈਗੇ ਉਹਨਾਂ ਨੂੰ ਸੱਦੀ ਦਾ ਉਹ ਆ ਕੇ ਇਹ ਦੇਖ ਲੈਂਦੇ ਕ੍ਰੌਪ ਸਾਰੀ ਕ੍ਰੌਪ ਉਹ ਦੇਖ ਕੇ ਔਰ ਉਹ ਸਾਨੂੰ ਕਈ ਸਿੰਪਟਮ ਇਦਾਂ ਦੇ ਹੁੰਦੇ ਜਿਹੜੇ ਸਾਨੂੰ ਨਹੀਂ ਸਮਝ ਲੱਗਦੇ ਤੇ ਉਹ ਸਾਨੂੰ ਗਾਈਡ ਕਰ ਦਿੰਦੇ ਆ ਉਹਦੇ ਮੁਤਾਬਕ ਹੀ ਅਸੀਂ ਇਹਦੀਆਂ ਸਫਰੀਆਂ ਕਰੀ ਦੀਆਂ ਅੱਛਾ ਹੁਣ ਜਦੋਂ ਲਾਕਡਾਊਨ ਲੱਗ ਗਿਆ ਇਹ ਜੀ ਜੇ ਤੁਹਾਨੂੰ ਵੇਚਣ ਦੀ ਮੁਸ਼ਕਲ ਆ ਰਹੀ ਹੋਣੀ ਆ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਕਿ ਤੁਹਾਡੀ ਕਿਸ ਤਰ੍ਹਾਂ ਥੋੜੀ ਜਿਹੀ ਵੇਚਣ ਦੀ ਸਮੱਸਿਆ ਤਾਂ ਦੇਖੋ ਜੀ ਕਾਫੀ ਆ ਰਹੀ ਆ ਕਿਉਂਕਿ ਕੰਡੀਸ਼ਨਲ ਖੋਲਿਆ ਗਿਆ ਹੈ ਲਾਕਡਾਊਨ ਸਬਜੀ ਦੀ ਓਨੀ ਮੰਗ ਹੈ ਨਹੀਂਗੀ ਠੀਕ ਹੈ ਓਨੀ ਕਿਸੇ ਵੀ ਫਸਲ ਦੀ ਕਿਸੇ ਵੀ ਸਬਜੀ ਦੀ ਓਨੀ ਮੰਗ ਨਹੀਂਗੀ ਜਿੰਨੀ ਅੱਗੇ ਹੁੰਦੀ ਸੀ ਜਿਸ ਕਰਕੇ ਸਾਨੂੰ ਮਾਰਕੀਟ ਦੇ ਵਿੱਚ ਗ੍ਰਾਹਕ ਘਟ ਆਉਂਦੇ ਨਾਲ ਸਾਨੂੰ ਪੈਦਾਵਾਰ ਸਾਡੀ ਜਿਹੜੀ ਆ ਉਹ ਓਨੀ ਨਿਕਲਦੀ ਨਹੀਂ ਮਤਲਬ ਸਾਡੀ ਸਾਡੀ بگਦੀ ਨਹੀਂ ਹੁੰਨੀ ਠੀਕ ਆ ਤੇ ਜਿੱਦਾਂ ਮੈਂ ਮੈਂ ਤਾਂ ਜਿੱਦਾਂ ਸੁਣਿਆ ਸੀ ਕਿ ਜਿਹੜਾ 500 ਕਵਾਂਟਰ ਪੌਲੀ ਹਾਊਸ ਚ ਹੋ ਜਾਂਦਾ ਪਰ ਇਹ ਕਿੱਦਾਂ ਪੋਸੀਬਲ ਆ ਕਿ ਓਪਨ ਚ ਇੰਨੀ ਜੀਲਡ ਆ ਜਾਵੇ ਓਪਨ ਚ ਜੀਲਡ ਹੈਗੀ ਆ ਜੀ ਕਿਉਂਕਿ ਦੇਖ ਰੇਕ ਆਪਣੀ ਅੱਛੀ ਤਰ੍ਹਾਂ ਨਾਲ ਹੋਣੀ ਚਾਹੀਦੀ ਬੂਟਿਆਂ ਨੂੰ ਬਿਮਾਰੀ ਨਾ ਲੱਗੇ ਫੰਗਸ ਨਾ ਲੱਗੇ ਨਦੀਮਾ ਦੀ ਰੋਕਥਾਮ ਕਰੀਏ ਫਿਰ ਇਨੂੰ ਚੰਗੀ ਤਰ੍ਹਾਂ ਸਾਮ ਸਵਾਲ ਕਰੀਏ ਸਮੇ ਸਮੇ ਸਿਰ ਸਪਰੀਆ ਕਰੀ ਜਾਈਏ ਤੁਹਾਡੇ ਸਾਹਮਣੇ ਆ ਜੀ ਮੈਂ ਓਪਨ ਫੀਲਡ ਕ੍ਰੌਪ ਲਾਈ ਹੋਆ ਅੱਛਾ ਜੀ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਇਹ ਪਹਿਲਾਂ ਵੀ ਲਗਾਈ ਆ ਪਹਿਲਾਂ ਮੈਂ ਲਾਈ ਸੀ ਜੀ ਹੁਣ ਨੀਅਰ ਬੋਰਡ 2-3 ਸਾਲ ਬਾਅਦ ਲਾਈ ਆ ਮੈਂ ਦੋ ਦੋ ਵੈਰਾਈਟੀਆਂ ਇਹ ਲਗਾਈਆਂ ਇੱਕ ਇਹ ਆ 42 ਛਾੜ ਇੱਕ ਬਰਸਾਤੂ ਲਾਈ ਆ ਉਹ ਅਜੇ ਛੋਟੇ ਆ ਠੀਕ ਆ ਅੱਛਾ ਹੁਣ ਮੈਂ ਇੱਕ ਦੱਸਣਾ ਚਾਹੁੰਦਾ ਬੀਇੰਗ ਨੂਡਲ ਅਫੀਸਰ ਆਫ ਟਮੈਟੋ ਕ੍ਰੋਪ ਆਫ ਪੰਜਾਬ ਮੈਂ ਦੱਸਣਾ ਚਾਹੁੰਦਾ ਇਹ ਕ੍ਰੋਪ ਤਾਂ ਬੜੀ ਵਧੀਆ ਸਕਸੈਸਫੁਲੀ ਜੀਵਿੰਦਾ ਅਗਾਹ ਲੈਂਦੇ ਆ ਕਿਉਂਕਿ ਸਾਡੇ ਜਿਹੜੇ ਮਹੀਨੇ ਹੁੰਦੇ ਸਤੰਬਰ ਅਕਤੂਬਰ ਮਹੀਨਿਆਂ ਵਿੱਚ ਬਸ ਸਾਰਾ ਜਿਹੜਾ ਆਪਣਾ ਟਮਾਟਰ ਦਾ ਬਾੜ ਲਿਆ ਜਿਲਿਆਂ ਬਾਹਰ ਲਿਆ ਸਟੇਟਾਂ ਚੋਂ ਜੋ ਹਿਮਾਚਲ ਤੋਂ ਹੀ ਆਉਂਦਾ ਉੱਥੇ ਤੁਸੀਂ ਬਰਸਾਤੂ ਟਮਾਟਰ ਲਗਾਇਆ ਕਰੋ ਕਿਉਂਕਿ ਉਸ ਵੇਲੇ ਮੰਗ ਹੋਣ ਦੀ 20 ਤੋਂ 25 ਰੁਪਏ ਪਾ ਰਿਹਾਦਾ ਤੁਸੀਂ ਵੀ ਇਦਾਂ ਕਦੀ ਖੇਤੀ ਕੀਤੀ ਜਾਂ ਇਸ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਕੋਸ਼ਿਸ਼ ਕੀਤੀ ਆ ਜੀ ਮੈਂ ਲਗਾਏ ਆ ਥੋੜੇ ਜਿਹਾ ਟਮਾਟਰ ਪਰ ਲਗਾਇਆ ਮੇਰਾ ਖੇਤ ਬਹੁਤ ਥੋੜਾ ਆ ਨੀਅਰ ਰੋਡ ਤੋਂ ਦੋ ਤਿੰਨ ਕਨਾਲ ਥਾਂ ਲਗਾਇਆ ਆ ਜਿਆਦਾ ਨਹੀਂ ਲਗਾਇਆ ਇਹ ਵੈਰੈਟੀ ਹੋਰ ਆ ਬਰਸਾਤੂ ਹਾਂਜੀ ਹਾਂਜੀ ਟਮਾਟਰ ਲਗਾਇਆ ਉਹ ਹੁਣ ਫਲਾਵਰਿੰਗ ਦੀ ਸਟੇਜ ਦੇ ਉੱਤੇ ਹੈਗਾ ਉਹ ਹੁਣ ਦੇਖਦੇ ਆ ਅੱਗੇ ਜੇ ਫਸਲ ਠੀਕ ਰਹੀ ਬਰਸਾਤ ਕਿਦਾਂ ਦੀ ਹੁੰਦੀ ਆ ਅੱਗੇ ਮੰਡੀਕਰਨ ਕਿਦਾਂ ਦਾ ਹੁੰਦਾ ਉਹਦਾ ਟਾਂ ਵਾਲਾ ਸਮਝ ਦੱਸੂ ਠੀਕ ਆ ਬਹੁਤ ਬਹੁਤ ਧੰਨਵਾਦ ਉਰੀਜ਼ਾ ਧੰਨਵਾਦ ਜੀ